ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਿੱਛੇ ਦਾ ਗੇਟ ਬੰਦ ਕਰਨ ਨੂੰ ਲੈ ਕੇ ਲੋਕ ਪਰੇਸ਼ਾਨ। ਅੱਜ ਦਿੱਤਾ ਗਿਆ ਬਠਿੰਡਾ ਦੇ SMO ਨੂੰ ਮੰਗ ਪੱਤਰ ਦੇ ਗੇਟ ਖੋਲ੍ਹਣ ਦੀ ਕੀਤੀ ਮੰਗ। ਦੱਸ ਦਈਏ ਕਿ ਜਿੱਥੇ ਚੋਰੀ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਬਠਿੰਡਾ ਦੇ ਸਿਵਲ ਹਸਪਤਾਲ ਦਾ ਪਿੱਛੇ ਵਾਲਾ ਗੇਟ ਬੰਦ ਕਰ ਦਿੱਤਾ ਜੀ, ਜਿਸ ਨੂੰ ਲੈ ਕੇ ਹਾਜੀ ਰਤਨ ਅਤੇ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੇ ਲੋਕਾਂ ਦਾ ਆਉਣਾ ਜਾਣਾ ਇੱਥੋਂ ਦੀ ਬੰਦ ਹੋ ਗਿਆ, ਕਿਉਂਕਿ ਲੋਕ ਪਿਛਲੇ ਗੇਟ ਵੇਦੀ ਹਸਪਤਾਲ ਦੇ ਅੰਦਰ ਆਉਂਦੇ ਜਾਂਦੇ ਰਹਿੰਦੇ ਸਨ, ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਮੁਹੱਲਾ ਨਿਵਾਸੀਆਂ ਨੇ ਬਠਿੰਡਾ ਦੇ SMO ਡਾਕਟਰ ਮਨਿੰਦਰ ਪਾਲ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਇਹ ਗੇਟ ਖੋਲ੍ਹਿਆ ਜਾਵੇ ਤਾਂ ਜੋ ਲੋਕ ਇਸ ਰਸਤੇ ਬੀਤੀ ਆਉਣ ਜਾਣਾ ਸ਼ੁਰੂ ਕਰ ਦੇਣ। ਉੱਧਰ SMO ਦਾ ਕਹਿਣਾ ਹੈ ਕਿ ਚੋਰੀ ਦੀਆਂ ਘਟਨਾਵਾਂ ਵੱਧ ਹੋਣ ਕਾਰਨ ਇਹ ਗੇਟ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਉੱਚ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਇਸ ਗੇਟ ਨੂੰ ਖੁਲਵਾ ਦਿੱਤਾ ਜਾਵੇਗਾ। ਮੇਰਾ ਨਾਮ ਗੁਰਪ੍ਰੀਤ ਸਿੰਘ ਚਹਿਰਾ ਜੀ। ਕੀ ਕਹਿਣਾ ਚਾਹੁੰਗੇ ਅੱਜ ਇੱਕ ਐਪਲੀਕੇਸ਼ਨ ਦੇ ਨਾਲ? ਅੱਜ ਇੱਕ ਪਿਛਲੇ ਤਕਰੀਬਨ 1 ਮਹੀਨੇ ਤੋਂ ਜੀ ਮੈਕਸ ਦੇ ਸਾਹਮਣੇ ਗੇਟ ਆ, ਉਹ ਮਤਲਬ ਹਾਜੀ ਰਤਨ ਦੀਪ ਸਿੰਘ ਨਗਰ, ਉਹਨਾਂ ਨੂੰ ਬੜੀ ਪਰੇਸ਼ਾਨੀ ਆ ਰਹੀ, ਇਹਨਾਂ ਨੇ ਗੇਟ ਬੰਦ ਕਰਤਾ। ਅਤੇ ਜਦੋਂ ਮੈਂ ਰੀਜ਼ਨ ਪੁੱਛਿਆ SMO ਸਾਹਿਬ ਨੂੰ ਅਤੇ ਰਜਿੰਦਰ ਕੁਮਾਰ ਜੀ ਨੂੰ, ਉਹ ਕਹਿੰਦੀ ਇੱਥੋਂ ਇੱਕ ਗੇਟ ਚੋਰੀ ਹੋ ਗਿਆ ਸੀਗਾ। ਅਤੇ ਮੈਂ ਕਿਹਾ ਸਰ ਵੀ ਗੇਟ ਚੋਰੀ ਹੋ ਗਿਆ, ਤੁਸੀਂ ਨਫਰੀ ਵਧਾਓ ਜਾਂ ਆਪਣੀ ਸਿਕਿਉਰਿਟੀ ਵਧਾਓ, ਇਹ ਥੋੜ੍ਹੀ ਤੁਸੀਂ। ਮੈਂ ਜੀ ਕੱਲ੍ਹ ਨੂੰ ਮੇਨ ਗੇਟ ਦੇ ਰਾਹੀਂ ਗੇਟ ਚੋਰੀ ਹੋ ਜਾਂਦਾ, ਕੋਈ ਚੋਰੀ ਹੋਈ ਤੁਸੀਂ ਉਹ ਵੀ ਬੰਦ ਕਰ ਦਿਓਗੇ? ਕਹਿੰਦੇ ਨਹੀਂ, ਅਸੀਂ ਕੋਈ ਅਲਟਰਨੇਟ ਦੇਖਦੇ। ਉਹਦੇ ਲਈ ਅਸੀਂ ਇੱਕ ਮੰਗ ਪੱਤਰ ਦੇਣ ਆਏ ਸੀ ਜੀ। ਬਹੁਤ ਜ਼ਿਆਦਾ ਜੀ, ਬਹੁਤ ਮਤਲਬ ਦੀਪ ਸਾਡੇ ਮਗਰ ਲੋਕ ਪਏ ਜੀ, ਕਹਿੰਦੇ ਤੁਸੀਂ ਗੇਟ ਖੁਲਵਾਓ ਜੀ, ਉਹਨਾਂ ਨੂੰ ਮਿਲੋ ਜੀ, ਨਹੀਂ ਤਾਂ ਕਹਿੰਦੇ ਅਸੀਂ ਧਰਨਾ ਲਾਵਾਂਗੇ ਜੀ। ਫਿਰ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਵੀ ਇੱਕ ਵਾਰੀ ਅਸੀਂ ਪ੍ਰਸ਼ਾਸਨ ਨੂੰ ਮਿਲਦੇ ਹਾਂ, ਬੇਨਤੀ ਕਰਦੇ ਹਾਂ, ਜੇ ਨਹੀਂ ਕੁਛ ਸਾਡੇ ਹੱਲ ਹੁੰਦਾ ਤਾਂ ਨਹੀਂ, ਫਿਰ ਪਬਲਿਕ ਆਪਣੇ ਹਿਸਾਬ ਨਾਲ ਕਰਾਊਗੀ। SMO ਸਾਹਿਬ ਨੇ ਕੀ ਵਿਸ਼ਵਾਸ ਦਿੱਤਾ? ਇਹਨਾਂ ਨੇ ਆਸ਼ਵਾਸਨ ਦਿੱਤਾ, ਕਹਿੰਦੇ ਵੀ ਚਲੋ ਤੁਸੀਂ ਐਪਲੀਕੇਸ਼ਨ ਦੇ ਜਾਓ ਜੀ, ਇਹਦਾ ਅਸੀਂ ਕਰਦੇ ਹਾਂ ਹੱਲ, ਕੋਈ ਇੰਨੀ ਕੀ ਕਰਦੇ।